My name is Rajinder. ਮੇਰਾ ਨਾਂ ਰਜਿੰਦਰ ਸਿੰਘ ਹੈ, 73 ਸਾਲ ਦਾ ਹਾਂ ਅਤੇ ਇੱਕ ਸਕਿਪਿੰਗ ਸਿੱਖ ਹਾਂ। ਸਿੱਖ ਮੈਂ ਰੱਸੀ ਟੱਪਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਤੁਸੀਂ ਅੰਦਰ ਬਾਹਰ ਕਿਤੇ ਵੀ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਵੱਖਰੇ ਕੱਪੜੇ ਪਹਿਨਣ ਦੀ ਲੋੜ ਨਹੀਂ ਹੁੰਦੀ। ਇਹ ਤੁਹਾਨੂੰ ਤੰਦਰੁਸਤ ਰੱਖਣ ਲਈ ਸਹਾਇਕ ਹੈ। ਗੁਰਦੁਆਰਾ ਇਜ਼ ਮੇਨ। ਸਾਡੇ ਲਈ ਗੁਰਦੁਆਰਾ ਮੁੱਖ ਕੇਂਦਰ ਹੈ, ਖਾਸ ਕਰਕੇ ਬਜ਼ੁਰਗ ਲੋਕਾਂ ਲਈ। ਗੁਰਦੁਆਰਾ ਕਾਮਨ ਫੂਡ, ਫ੍ਰੀ ਫੂਡ। ਗੁਰਦੁਆਰੇ ਨੌਜਵਾਨ ਲੋਕ ਵੀ ਜਾਂਦੇ ਨੇ, ਸੇਵਾ ਕਰਦੇ ਨੇ ਐਂਡ ਸਰਵ ਇਨ ਟੈਂਪਲ ਐਜ਼ ਵੈਲ। ਭਾਈਚਾਰਾ ਇਕੱਠੇ ਹੋਣਾ ਪਸੰਦ ਕਰਦਾ ਹੈ ਅਤੇ ਇੱਕ ਦੂਜੇ ਦਾ ਖਿਆਲ ਵੀ ਰੱਖਿਆ ਜਾਂਦਾ ਹੈ। ਲੁਕਿੰਗ ਆਫਟਰ ਈਚ ਅਦਰ। ਆਈ ਟ੍ਰਾਈ ਟੂ ਮੇਕ ਅ ਵੀਡੀਓ। ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕ ਇਸ ਨੂੰ ਦੇਖ ਸਕਣ ਅਤੇ ਡਿਪਰੈਸ਼ਨ 'ਚ ਜਾਣ ਤੋਂ ਬਚ ਸਕਣ। ਅਸੀਂ ਮੈਡੀਟੇਸ਼ਨ ਕਰ ਸਕਦੇ ਹਾਂ, ਕਸਰਤ ਬਾਰੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ, ਗੁਰਦੁਆਰੇ ਬੈਠਿਆਂ ਬੇਲੋੜੀ ਸੋਚ ਤੋਂ ਪਰੇ ਰਹਿ ਸਕਦੇ ਹਾਂ। ਵੀ ਆਰ ਇਨ ਟੈਂਪਲ। ਫੋਰ ਪੀਪਲ, ਸਿੱਖ ਪੀਪਲ ਇਜ਼ ਵੈਰੀ ਡਿਫੀਕਲਟ। ਸਿੱਖਾਂ ਲਈ ਇਹ ਬੇਹੱਦ ਮੁਸ਼ਕਲ ਹੈ। ਅਸੀਂ ਲੋਕ ਕੰਮਾਂ ਕਾਰਾਂ 'ਤੇ ਨਿਰਭਰ ਹਾਂ ਅਤੇ ਕਾਮੇ ਹਾਂ। ਇਹ ਸਿੱਖਾਂ ਲਈ ਬੇਹੱਦ ਗੰਭੀਰ ਮੁੱਦਾ ਹੈ। ਸਾਨੂੰ ਕੰਮ ਕਰਨਾ ਹੀ ਪੈਣਾ ਹੈ ਅਤੇ ਜਿਉਣ ਲਈ ਖਾਣਾ ਪੈਣਾ ਹੈ। ਅਸੀਂ ਪੈਸੇ ਲਈ ਦੂਜਿਆਂ 'ਤੇ ਨਿਰਭਰ ਨਹੀਂ ਹਾਂ। ਹੈਲਥ ਇਜ਼ ਵੈਲਥ। ਸਿਹਤ ਹੀ ਦੌਲਤ ਹੈ। ਹੌਲੀ ਹੌਲੀ ਕਸਰਤ ਕਰੋ। ਬਾਡੀ ਬਿਲਡਰ ਬਣਨ ਦੀ ਲੋੜ ਨਹੀਂ ਹੈ। I request everybody. ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਘਰੇ ਰਹੋ, ਐਕਸਰਸਾਈਜ਼ ਕਰੋ, ਸਹੀ ਖਾਣਾ ਖਾਓ ਤੇ ਪਰੇਸ਼ਾਨ ਨਾ ਹੋ। Don't get upset.